ਕਾ ਰਸ਼ੀਦ, ਕਿਆ ਹਾਲ ਹੈ? ਠੀਕ ਠਾਕ, ਖੈਰੀਅਤ, ਤਬੀਅਤ ਸਹੀ ਹੈ? ਅਲਹਮਦੁਲਿਲਾ, ਸ਼ੁਕਰ ਹੈ ਮਾਲਕ ਦਾ। ਵਿਆਹ ਤੂੰ ਸੁਣਾ, ਤਬੀਅਤ ਸਿਹਤ ਠੀਕ ਹੈ? ਕਾਕਾ, ਕਿਵੇਂ ਗੁਜ਼ਰਦੀ ਪਈ ਹੈ? ਦੁਕਾਨਦਾਰੀ ਕਿਵੇਂ ਚੱਲਦੀ ਪਈ ਹੈ? ਬਸ ਸ਼ੁਕਰ ਤੇ ਅਲਹਮਦੁਲਿਲਾ, ਹਾਲਾਤ ਵਾਲੇ ਸਾਹਮਣੇ ਦੇਖੋ ਸਾਰੀ ਪੋਜੀਸ਼ਨ। ਓਏ ਹੋਏ ਹੋਏ ਹੋਏ, ਤੇਰੀ ਤਾਂ ਕੁਰਸੀ ਸਾਰੀ ਯਾਰ ਫੱਟੀ ਪਈ ਹੈ ਯਾਰ। ਇਹਦੇ ਉੱਤੇ ਗਾਹਕ ਕਿੱਥੋਂ ਆਉਂਦੇ ਹੋ ਸਨ? ਗਾਹਕ ਤਾਂ ਆਸਨ ਕਹਿਣਾ ਦੇਖੋ, ਇਹ ਲੱਗੇ ਡਿਕਲੇ ਪਏ। ਰੋਟੀ ਪੂਰੀ ਥੀਂਦੀ ਪਈ ਭਾਈ ਯਾਰ, ਬੜਾ ਬੁਰਾ ਹਾਲ ਹੈ ਲਾਲਾ। ਸ਼ੁਕਰ ਤੇ ਅਲਹਮਦੁਲਿਲਾ, ਮਾਲਕ ਦਾ ਅਹਿਸਾਨ ਹੈ। ਹਾਲ ਵੀ ਸ਼ੁਕਰ ਅਦਾ ਕਰੇ, ਇੱਕ ਟਾਈਮ ਖਾਣੇ, ਦੋ ਟਾਈਮ ਇੰਤਜ਼ਾਰ ਕਰੇ ਨੇ ਕਿ ਅੱਲਾਹ ਪਾਕ ਕਰਮ ਕਰੇ, ਕੋਈ ਤਾਂ ਸਵਾਬ ਬਣੇ ਸੀ। ਅੱਲਾਹ, ਨਾ ਕੋਈ ਹੁਕਮਰਾਨ ਗਰੀਬ ਦੀ ਸੁਣਦੇ ਹੈ, ਨਾ ਹਕੂਮਤ ਸੁਣਦੀ ਹੈ, ਅਤੇ ਨਾ ਹੀ ਕੋਈ ਸਾਰੇ ਦੇ ਤਵੱਜੋ ਕਹਿੰਦਾ। ਯੂਟਿਊਬ ਵਾਲੇ, ਇਹ ਉਹ ਵਾਲੇ, ਹੁਣ ਮੀਡੀਆ ਵਾਲੇ, ਉਹ ਵੀ ਤਵੱਜੋ ਕਹਿਣੀ, ਉਹਨਾਂ ਦੇ ਵੀ ਕਹਿਣੀ, ਬਸ ਉਹ ਵੀ ਵੱਡੇ ਵੱਡੇ ਫੰਕਸ਼ਨਾਂ 'ਤੇ ਇੱਡੇ ਉੱਡੇ ਬੰਦੇ ਰਹਿੰਦੇ, ਗਰੀਬਾਂ ਦੀ ਕਹਿ ਨਹੀਂ ਪੁੱਛੀ, ਨਾ ਸੁਣਦੇ ਕੋਈ, ਨਾ ਕੋਈ ਹੇ ਕਹਿੰਦਾ ਸਿਵਾਏ ਰੱਬ ਤੂੰ, ਅੱਲਾ ਹੈ ਜਾਂ ਆਪ ਹੈ। ਹੁਣ ਮੇਰੇ ਬਾਲ ਦਾ ਦਿਲ ਦਾ ਮਰੀਜ਼ ਹੈ ਉਹ। ਅੱਛਾ, ਕਿਆ ਹੈ ਬਾਲ ਕੋ?